ਨਾਲ ਰੈਂਬੋ ਜਸ ਗੋਸਲ ਸਾਰੇ ਖੁਸ਼ ਨੇ। ਲਵਲੀ ਰੇੜ ਗਗਨ ਨਾਗਰੇ ਦੀ ਤੇ ਸ਼ਿੰਦਰ ਧਾਰੀਵਾਲ ਜੀ ਗੱਲ ਕਰਨਗੇ। ਲੋ ਗਗਨ ਨਾਗਰੇ ਦੀ ਰੇਡ ਹੈ ਸਾਹਮਣੇ ਖੇਡ ਮੈਦਾਨ ਦੇ ਵਿੱਚ। ਕਹਿੰਦੇ ਚਾਰ ਜਾਫੀ, ਕਹਿੰਦੇ ਸਿਰੇ ਦੇ ਜਾਫੀ ਹੈ ਤੇ ਟਿੱਬੇ ਦੇ ਕਮਲ ਦੇ ਨਾਲ ਮੁਕਾਬਲਾ ਹੈ। ਟਿੱਬੇ ਦੇ ਕਮਲ ਦੇ ਇੱਕ ਪਾਸੇ ਕਮਲ ਹੈ, ਦੂਜੇ ਪਾਸੇ ਗਗਨ ਹੈ, ਗਗਨ ਤੇ ਕਮਲ, ਕਮਲ ਤੇ ਗਗਨ। ਹੁਣ ਕੀ ਬਣਦਾ, ਆ ਗਈ ਜਾਨ ਸ਼ਿਕੰਜੇ ਅੰਦਰ, ਹੁਣ ਕੀ ਬਣੂ, ਹੁਣ ਕੌਣ ਛਡਾਊ? ਪਰ ਆ ਤਕੜਾ ਅੰਕ, ਕਹਿੰਦੇ ਕਮਲ ਟਿੱਬੇ ਵਾਲਾ ਆਪਣੀ ਟੀਮ ਲਈ ਜੋੜ ਗਿਆ, ਵਾਧਾ ਆਪਣੀ ਟੀਮ ਦੇ ਲਈ ਕਰ ਦਿੱਤਾ। ਔਰ ਨਾਲ ਜਿੱਥੇ ਪੰਮਾ ਸਰਾਏ ਜੀ, ਜਰਨੈਲ ਸਿੰਘ ਸਿੱਧੂ, ਫਾਲਕਨ ਮੋਟਰ ਵਾਲੇ ਸਨੀ ਉੱਪਲ ਜੀ, ਜਸ ਗੋਸਲ, ਦੀਪੀ ਸਿੱਧੂ, ਮਾਣਾ ਲੱਲੀਆਂ ਤੇ ਜੱਗਾ, ਹਰਨੇਕ ਸਰਾਏ, ਜੰਗ ਕਬੱਡੀ ਕਲੱਬ ਦੇ ਮੇਨ ਸਪੋਂਸਰ ਹੈ। ਲਓ ਕਮਲ ਟਿੱਬੇ ਪਿੰਡ ਦਾ, ਵਾਹ ਓਏ ਨੌਜਵਾਨਾਂ, ਬੜਾ ਤੇਜ਼ ਤਰਾਰ, ਬੜਾ ਤਿੱਖਾ ਜਾਫੀ, ਐਨ ਤਕੜਾ ਜਫਾ ਲਾਉਂਦਾ ਹੋਇਆ। ਇਹਦੇ ਨਾਲ ਹੀ ਅੱਗੀ ਦੇ ਹਿੱਸੇ ਜਾ ਜੁੜਿਆ। ਲੋ ਬਲ ਲੋ ਪਿੰਡ ਦਾ ਮੰਨਾ, ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਤਰਫੋਂ ਵਧਿਆ ਹੋਇਆ। ਇੱਕ ਪਾਸੇ ਤਾਰੀ ਆ, ਮੱਲਾ ਵਾ ਮੱਲਾ, ਤੇ ਨਾਲ ਕਹਿੰਦੇ ਮੇਰੇ ਵੀਰਿਓ ਕਮਲ ਟਿੱਬੇ ਵਾਲਾ ਤੇ ਫਰਿਆਦ ਆ। ਪਰ ਹੁਣ ਮੁਕਾਬਲਾ ਕਹਿੰਦੇ ਕਮਲ ਦੇ ਨਾਲ ਹੈ। ਬਲਵੀਰ ਦੀ ਵੱਜਦੀ ਹੋਈ ਵਿਸਲ ਤੇ ਕੀ ਇਸ਼ਾਰੇ ਹੁੰਦੇ ਨੇ, ਇਹ ਕਹਿੰਦਾ ਸਮਾਂ ਦੱਸੇਗਾ, ਸਮਾਂ ਦੱਸੇਗਾ। ਲੋ ਅਗਲੀ ਰੇਡ ਪਾਉਣ ਦਾ ਵਾਅਦਾ ਕਰ ਦਿੱਤਾ ਹੈ ਕਿ ਜਾਫੀ ਕਰਦੇ ਪਰਖ ਸਦਾ ਰੇਡਰ ਦੀ ਝਾਕੀ ਦੀ, ਪਾਣੀ ਉੱਤੇ ਮਿਲਦੀ ਨਾ ਕਦੀ ਲੋਕੋ ਪੈਰ ਤੈਰਾਕੀ ਦੀ, ਪਾਣੀ ਉੱਤੇ ਮਿਲਦੀ ਨਾ ਕਦੀ ਪੈਰ ਤੈਰਾਕੀ ਦੀ। ਲਓ ਗਗਨ ਦੀ ਰੇਡ ਤੇ ਨੌਜਵਾਨ ਵੇਖੋ ਸਾਹਮਣੇ, ਐਨ ਕਹਿੰਦੇ ਕਮਲ ਕਮਾਲ ਕਰੀ ਜਾਂਦਾ ਹੈ। ਲਓ ਟਿੱਬੇ ਵਾਲਾ ਕਮਾਲ ਕਰੀ ਜਾਂਦਾ ਹੈ, ਜਿਵੇਂ ਟੋਰਾਂਟੋ ਦੇ 27ਵੇਂ ਕਨੇਡਾ ਕਬੱਡੀ ਕਰੀ ਹੈ। ਵੱਡਾ ਜ਼ੋਰ ਲੱਗਾ ਹੋਇਆ ਹੈ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਅਤੇ ਨਾਲ ਜੰਗ ਕਬੱਡੀ ਕਲੱਬ, ਦੋ ਵੱਡੀਆਂ ਟੀਮਾਂ। ਆ ਇਹ ਕਮਲ ਟਿੱਬੇ ਪਿੰਡ ਦਾ ਦਲਜੀਤ ਮਾਂਗਟ, ਐਨ ਕਹਿੰਦੇ ਹੱਲਾਸ਼ੇਰੀਆਂ ਦਿੱਤੀਆਂ, ਗੱਲ ਵੱਖਰੀ ਹੋ ਗਈ, ਕੁਲਵਿੰਦਰ ਪੱਤੜ।